ਸਭ ਨੂੰ ਪਿਆਰ ਪ੍ਰਸਾਸ਼ੀਕਾਲ ਦੋਸਤੋ ਗੱਲ ਕਰਨ ਜਾ ਰਿਹਾ ਸਭ ਤੋਂ ਪਹਿਲਾਂ ਅਰਜੰਟ ਢੱਲੋ ਤਨ ਦੱਸ ਦੇ ਨੇ ਦੋਸਤੋ ਅਰਜੰਟ ਢੱਲੋ ਦੀ ਹੁਣੇ ਹੀ ਇੱਕ ਐਲਬਮ ਰਿਲੀਜ਼ ਕੀਤੀ ਹੈ ਜਿੰਦੇ ਵਿੱਚੋ ਕਾਫੀ ਜ਼ਿਆਦਾ ਗਾਣੇ ਸੀ ਜਿਹੜੇ ਸੁਪਰ ਡੂਪਰ ਹਿੱਟ ਗਏ ਨੇ ਤੇ ਨਾਲ ਹੀ ਦੋਸਤੋ ਅਰਜੰਟ ਢੱਲੋ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਜੀहां ਦੋਸਤੋ 25 ਨਵੰਬਰ ਨੂੰ ਲੈ ਕੇ ਦੋਸਤੋ ਵੱਡਾ ਐਲਾਨ ਕੀਤਾ ਗਿਆ 25 ਨਵੰਬਰ ਨੂੰ ਇੱਕ ਹੋਰ ਐਲਬਮ ਕਰਨ ਦਾ ਫੈਸਲਾ ਲਿਆ ਗਿਆ ਹੈ ਤੇ ਫੈਨਸ ਕੋਲੋਂ ਪੁੱਛਿਆ ਗਿਆ ਸੀ ਤੇ ਹੁਣ ਗਾਣਾ ਕੀਤਾ ਜਾਵੇ ਜਾਂ ਕੋਈ ਐਲਬਮ ਕੀਤੀ ਜਾਵੇ ਮੋਸਟਲੀ ਫੈਨਸ ਨੇ ਹੀ ਕਿਹਾ ਸੀ ਕਿ ਹੁਣ ਨ ਨੇ ਹੋਣ ਜਿਆਦਾ ਹੋਣ। ਪਰ ਦੱਸ ਦੇ ਨੇ ਦੋਸਤੋ ਅਰਜੰਟ ਲਵ ਲੋ ਵਲੋਂ ਜਿਹੜੇ ਗਾਣੇ ਰਿਲੀਜ਼ ਕੀਤੇ ਗਏ ਸੀ ਉਹਨਾਂ ਵਿੱਚੋਂ ਗਾਣਾ ਦੀ 25 25 50 ਆ ਜਿੰਦੀ ਕੌਂਟਰੋਵਰਸੀ ਸ਼ੁਰੂ ਹੋ ਗਈ ਸੀ ਕਾਰਨ ਨਰਡੇ ਦੇ ਔਨ ਟੌਪ ਗਾਣੇ ਨਾਲ ਹਾਲਾਂਕਿ ਕੌਂਟਰੋਵਰਸੀ ਤਾਂ ਅੱਗੇ ਨਹੀਂ ਵਧੀ ਨਾ ਕਿਸੇ ਵੱਲੋਂ ਰਿਪਲਾਈ ਕੀਤਾ ਗਿਆ ਲੇਕਿਨ ਇਦਾਂ ਐਲਬਮ ਦਾ ਰਿਲੀਜ਼ ਹੋਣਾ ਦੋਸਤੋ ਕੁਝ ਇੰਡੀਕੇਟ ਕਰਦਾ ਪਿਆ ਯਾਨੀ ਕਿ ਇਹਨਾਂ ਦੋਵਾਂ ਦੇ ਵਿੱਚ ਇੱਕ ਕੰਪੀਟੀਸ਼ਨ ਜਾਂ ਸ਼ੁਰੂ ਹੋ ਚੁੱਕਾ ਹੈ ਹੁਣ ਤੇ ਇਹ ਕੰਪੀਟੀਸ਼ਨ ਸੋਸ਼ਲ ਮੀਡੀਆ ਤੋਂ ਦੋਸਤੋ ਵਧਿਆ ਅਖੀਰ ਪਹਿਲਾਂ 25 25 50 ਗਾਣੇ ਦੇ ਮੁਕਾਬਲੇ ਗਾ اسی ਹੁਣ ਜਦੋਂ ਐਲਬਮ ਦਾ ਐਲਾਨ ਹੋਇਆ ਤੇ ਕਰਨ ਔਜਲਾ ਵੀ ਵੱਡਾ ਐਲਾਨ ਕਰ ਸਕਦੇ ਨੇ ਤੁਹਾਨੂੰ ਦੱਸ ਦਿੰਦੇ ਨੇ ਦੋਸਤੋ ਕਰਨ ਔਜਲਾ ਦੇ ਜਿਹੜੇ ਮੈਨੇਜਰ ਹੈਗੇ ਨੇ ਤੇ ਨਾਲ ਇਹਨਾਂ ਦੇ ਜਿਹੜੇ ਸਾਥੀ ਹੈਗੇ ਨੇ ਦੀਪ ਰਹਿਣ ਵੱਲੋਂ ਆਨ ਟੌਪ ਗਾਣੇ ਦੀ ਦੋਸਤੋ ਗੱਲ ਕੀਤੀ ਜਾ ਰਹੀ ਹੈ ਉਹ ਰਿਲੀਜ਼ ਕੀਤਾ ਜਾਏਗਾ ਛੇਤੀ ਹੀ ਪੰਜਾਬੀ میوزਿਕ ਇੰਡਸਟਰੀਜ਼ ਇੱਕ ਵਾਰੀ ਫੇਰ ਤੋਂ ਕੰਪੀਟੀਸ਼ਨ ਦਾ ਜਿਹੜਾ ਦੌਰ ਆ ਸ਼ੁਰੂ ਹੋ ਚੁੱਕਾ ਹੈ ਤੁਹਾਨੂੰ ਦੱਸ ਰਹੇ ਦੋਸਤੋ ਮੂਸੇਵਾਲੀ ਡੈਥ ਤੋਂ ਬਾਅਦ ਇੱਕ ਤਰ੍ਹਾਂ ਨਾਲ ਪੰਜਾਬੀ میوزਿਕ ਇੰਡਸਟਰੀ ਬਿਲਕੁਲ ਠੰਡੀ ਪੈ ਚੁੱਕੀ ਸੀ ਲੇਕਿਨ ਅਰਜਨ ਢਿੱਲੋਂ ਤੇ ਕਰਨ ਔਜਲਾ ਦੀ ਕੰਟਰੋਵਰ ਹਮ ਹੈਗੀ ਉਹ ਹਾਲ ਫਿਰ ਹਾਲ ਦੇ ਵਿੱਚ ਰਿਲੀਜ਼ ਹੋਈ ਸੀ ਹਜੇ ਉਹਨਾਂ ਦਾ ਖੁਮਾਰ ਉਤਰਿਆ ਨਹੀਂ ਸੀ ਉਹਨਾਂ ਦੇ ਫੈਨਸ ਦੇ ਉਪਰੋ ਤੇ ਅਰਜੰਟ ਲਵ ਨੇ ਇੱਕ ਹੋਰ ਨਵਾਂ ਐਲਾਨ ਕਰ ਦਿੱਤਾ ਗਿਆ